ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਅਸੀਂ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜੀ, ਅਤੇ ਇਹ ਪਿੰਡ ਹੈ ਜੀ ਮੁਕਾਰੋਂਪੁਰ। ਨੌਵੀਂ ਪਾਤਸ਼ਾਹੀ ਦਾ ਇਹ ਅਸਥਾਨ ਹੈ ਜੀ। ਨੌਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਖੁਦ ਆਏ ਸਨ, ਅਤੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ। ਅਤੇ ਇਹ ਛੱਪੜ ਹੁੰਦਾ ਸੀਗਾ ਜੀ, ਇੱਥੇ ਪਿੱਛੇ ਸਰੋਵਰ ਸਾਹਿਬ ਹੈ, ਇਹ ਛੱਪੜ ਸੀਗਾ ਜੀ। ਇਹਦੇ ਕਿਨਾਰੇ ਨੌਵੇਂ ਪਾਤਸ਼ਾਹ ਆ ਕੇ ਬੈਠੇ ਸਨ, ਅਤੇ ਕੁਛ ਕੁ ਦਿਨਾਂ ਦਾ ਸਮਾਂ ਜਿਹੜਾ ਉਹਨਾਂ ਨੇ ਇੱਥੇ ਬਿਤਾਇਆ ਸੀਗਾ। ਅਤੇ ਇੱਕ ਇੱਥੇ ਬੇਰੀ ਹੈ ਜੀ, ਜਿਹੜੀ ਬੇਰੀ ਦੇ ਥੱਲੇ ਬਹਿ ਕੇ ਨੀਚੇ ਬਹਿ ਕੇ ਪਾਤਸ਼ਾਹ ਜੀ ਨੇ ਸਮਾਂ ਬਿਤਾਇਆ ਸੀ, ਤਪ ਕੀਤਾ ਸੀ। ਇਹ ਬੇਰੀ ਹੈ ਜੀ, ਮੁਗਲ ਪਵਿੱਤਰ ਬੇਰੀ ਹੈ ਜੀ, ਗੁਰੂ ਸਾਹਿਬ ਦੇ ਹੱਥ ਦੇ ਵਿੱਚ ਹੀ ਹੈ ਗੁਰਦੁਆਰਾ ਸਾਹਿਬ ਦੀ। ਇਹ ਜੜ੍ਹਾਂ ਥੱਲੋਂ ਨਿਕਲ ਹੋਣ ਕਰਕੇ ਇਹ ਬਾਹਰੋਂ ਹੈ ਬੇਰੀ, ਅਤੇ ਸ਼ਾਇਦ ਤੁਸੀਂ ਵੀਡੀਓ 'ਚ ਦੇਖ ਪਾ ਰਹੇ ਹੋਵੋਗੇ। ਇਹੀ ਬੇਰੀ ਹੈ ਜੀ, ਉਹ ਪਵਿੱਤਰ ਬੇਰੀ ਜਿੱਥੇ ਉਹਨਾਂ ਨੇ ਨੌਵੇਂ ਪਾਤਸ਼ਾਹ ਜੀ ਨੇ ਭਗਤੀ ਕੀਤੀ ਸੀ ਬੈਠ ਕੇ ਜੀ। ਅਤੇ ਅਸਥਾਨ ਬਹੁਤ ਵਧੀਆ ਬਣਿਆ ਹੋਇਆ ਜੀ। ਅਤੇ ਇਹ ਜਦੋਂ ਤੁਸੀਂ ਮੋਹਾਲੀ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਓਗੇ ਤਾਂ ਇਹ ਸੱਜੇ ਹੱਥ ਵਾਲੇ ਪਾਸੇ ਨੂੰ ਪਿੰਡ ਮੁੜਦਾ ਜੀ। ਉੱਥੋਂ ਤਕਰੀਬਨ 2-3 ਕਿਲੋਮੀਟਰ ਦੇ ਫਾਸਲੇ 'ਤੇ ਜਿਹੜਾ ਹੈਗਾ ਇਹ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ, ਸਰੋਵਰ ਸਾਹਿਬ ਬਣਿਆ ਹੋਇਆ ਜੀ। ਅਤੇ ਇੱਥੇ ਜਿਹੜਾ ਦਿਹਾੜਾ ਮਨਾਇਆ ਜਾਂਦਾ ਉਹ ਹੈਗਾ ਜੀ ਪੂਰਨਮਾਸ਼ੀ ਦਾ। ਪੂਰਨਮਾਸ਼ੀ ਦਾ ਦਿਹਾੜਾ ਹੁੰਦਾ, ਔਰ ਗੁਰੂ ਸਾਹਿਬ ਹਾੜ੍ਹ ਦੇ ਵਿੱਚ ਇੱਥੇ ਆਏ ਸਨ ਤਾਂ ਜਿਹੜਾ ਹਾੜ੍ਹ ਦੀ ਪੂਰਨਮਾਸ਼ੀ ਉਹ ਬਹੁਤ ਜ਼ਿਆਦਾ ਭਰਦੀ ਹੈ। ਵੈਸੇ ਹਰ ਮਹੀਨੇ ਹੀ ਜਿਹੜੀ ਮਹਾਤਮਾ ਕੁਝ ਨਹੀਂ ਹੁੰਦਾ, ਪਰ ਇੱਕੋ ਦਿਨ ਹੋ ਜਾਂਦਾ ਜਦੋਂ ਕਿ ਮਹਾਤਮਾ ਗੁਰੂ ਸਾਹਿਬ ਇੱਥੇ ਆਏ ਨੇ ਤਾਂ ਉਹ ਇੱਕ ਦਿਨ ਖਾਸ ਹੋ ਜਾਂਦਾ। ਤਾਂ ਹਾੜ੍ਹ ਦੀ ਜਿਹੜੀ ਪੂਰਨਮਾਸ਼ੀ ਹੈ ਉਦੋਂ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਹੈਗੀ ਹੈ ਉਹ ਹਾਜ਼ਰੀ ਭਰਦੀ ਹੈ। ਵੈਸੇ ਹਰ ਮਹੀਨੇ ਇੱਥੇ ਪੂਰਨਮਾਸ਼ੀ ਲੱਗਦੀ ਹੈ, ਸੰਗਤਾਂ ਆਉਂਦੀਆਂ ਇਹ ਨੇੜੇ ਤੇੜੇ ਦੀਆਂ ਪਿੰਡ ਦੀਆਂ ਵੀ, ਅਤੇ ਖੇਤਾਂ ਦੇ ਵਿੱਚ ਬਣਿਆ ਹੋਇਆ ਪਿੰਡ ਦੇ ਵਿੱਚ ਗੁਰੂ ਘਰ, ਅਤੇ ਬਾਕੀ ਗੁਰੂ ਸਾਹਿਬ ਦੇ ਆਪਣੇ ਹੱਥ ਨਾਲ ਲਿਖਿਆ ਹੋਇਆ ਜਿਹੜੀ ਇੱਕ ਉਹਨੇ ਆਪਣੀ ਕਲਮ ਨਾਲ ਇੱਕ ਲਿਖਿਆ ਹੋਇਆ ਸੀ ਕਿ ਇੱਕ ਚਿੱਠੀ ਕਹਿ ਸਕਦੇ ਹੋ ਤੁਸੀਂ, ਉਹ ਵੀ ਇੱਥੇ ਸੁਸ਼ੋਭਿਤ ਹੈ, ਚਾਂਦੀ ਦੇ ਫਰੇਮ ਦੇ ਵਿੱਚ ਕਰਕੇ ਰੱਖਿਆ ਹੋਇਆ, ਉਹ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ। ਅਤੇ ਆਓ ਸੰਗਤ ਜੀ, ਕੁੰਡ ਲੈ ਕੇ ਚੱਲਦੇ ਹਾਂ ਅਤੇ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ।